ਪਿਛਲੇ ਦਿਨੀ ਸੁਰਖੀਆਂ ਦੇ ਵਿੱਚ ਬਣੇ ਰਹੇ ਗੁਰਦਾਸ ਮਾਨ ਦੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਖੂਬ ਚਰਚਾ ਹੋਈ। ਕੁਝ ਲੋਕਾਂ ਨੇ ਗੁਰਦਾਸ ਮਾਨ ਦੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਨਿੰਦਾ ਕੀਤੀ ਤੇ ਕੁਝ ਲੋਕ ਉਹਦੇ ਹੱਕ 'ਚ ਵੀ ਖੜੇ ਹੋਏ। ਪਰ ਅੱਜ ਗੁਰਦਾਸ ਮਾਨ ਨੇ ਇੱਕ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਜਾਣ ਕੇ ਸ਼ਾਇਦ ਤੁਹਾਨੂੰ ਵੀ ਖੁਸ਼ੀ ਹੋਵੇਗੀ। ਅਜਿਹਾ ਕੀ ਕੀਤਾ ਗੁਰਦਾਸ ਮਾਨ ਨੇ, ਤੁਸੀਂ ਵੀ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਗਾਇਕ ਤੇ ਪਰਫਾਰਮਰ ਦੀ ਜਿਹੜੇ ਕਿ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਬਣੇ ਹੋਏ ਹੈ, ਗੁਰਦਾਸ ਮਾਨ। ਬੀਤੇ ਦਿਨੀ ਗੁਰਦਾਸ ਮਾਨ ਨੂੰ ਕੋਲਕਾਤਾ ਦੇ ਵਿੱਚ ਦੁਰਗਾ ਪੂਜਾ ਦੇ ਇੱਕ ਈਵੈਂਟ ਦੇ ਵਿੱਚ ਪਰਫਾਰਮ ਕਰਨ ਲਈ ਬੁਲਾਇਆ ਗਿਆ ਸੀ ਤੇ ਗੁਰਦਾਸ ਮਾਨ ਨੇ ਉਸ ਈਵੈਂਟ ਦੇ ਵਿੱਚ ਪਰਫਾਰਮ ਕਰਨ ਲਈ ਹਾਮੀ ਵੀ ਭਰ ਦਿੱਤੀ ਸੀ। ਪਰ ਜਦੋਂ ਇਸ ਈਵੈਂਟ ਦੇ ਆਰਗੇਨਾਈਜ਼ਰਸ ਨੇ ਗੁਰਦਾਸ ਮਾਨ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਤਾਂ ਗੁਰਦਾਸ ਮਾਨ ਨੇ ਇਸ ਈਵੈਂਟ ਵਿੱਚ ਪਰਫਾਰਮ ਕਰਨ ਤੋਂ ਮਨਾ ਕਰ ਦਿੱਤਾ। ਗੁਰਦਾਸ ਮਾਨ ਨੇ ਆਪਣੇ ਇਸ ਵਾਕਿਆ ਨੂੰ ਲੋਕਾਂ ਦੇ ਨਾਲ ਸਾਂਝਾ ਵੀ ਕੀਤਾ ਹੈ। ਗੁਰਦਾਸ ਮਾਨ ਨੇ ਦੱਸਿਆ ਕਿ ਜਦੋਂ ਉਹ ਦੁਰਗਾ ਪੂਜਾ ਦੇ ਇਸ ਈਵੈਂਟ ਵਿੱਚ ਪਰਫਾਰਮ ਕਰਨ ਲਈ ਜਾ ਰਹੇ ਸੀ ਤਾਂ ਫਲਾਈਟ ਵਿੱਚ ਬੈਠੇ ਇੱਕ ਬੰਦੇ ਨੇ ਉਹਨਾਂ ਨੂੰ ਉਸ ਵੈਨਿਊ ਦੀ ਵੀਡੀਓ ਦਿਖਾਈ ਜਿੱਥੇ ਉਹਨਾਂ ਨੇ ਪਰਫਾਰਮ ਕਰਨਾ ਹੈ ਤੇ ਉਹਨਾਂ ਨੇ ਦੇਖਿਆ ਕਿ ਇੱਕ ਸੈੱਟ ਜਿਹੜਾ ਕਿ ਹੂਬਹੂ ਸ਼੍ਰੀ ਹਰਿਮੰਦਰ ਸਾਹਿਬ ਵਾਂਗੂ ਬਣਾਇਆ ਗਿਆ ਹੈ ਤੇ ਉੱਥੇ ਘੁੰਮ ਰਹੇ ਲੋਕਾਂ ਨੇ ਪੈਰਾਂ ਵਿੱਚ ਬੂਟ ਚੱਪਲਾਂ ਪਾਏ ਹੋਏ ਹੈ ਤੇ ਸਿਰ ਤੇ ਰੁਮਾਲਾ ਵੀ ਨਹੀਂ ਲਿਆ। ਦਰਅਸਲ ਗੁਰਦਾਸ ਮਾਨ ਦੇ ਮਿਊਜ਼ੀਸ਼ੀਅਨਸ ਦੀ ਟੀਮ ਗੁਰਦਾਸ ਮਾਨ ਤੋਂ ਪਹਿਲਾਂ ਕੋਲਕਾਤਾ ਪਹੁੰਚ ਗਈ ਸੀ ਤੇ ਉਹਨਾਂ ਦੇ ਟੀਮ ਮੈਂਬਰਸ ਨੂੰ ਵੀ ਆਰਗੇਨਾਈਜ਼ਰਸ ਵੱਲੋਂ ਹਰਾਸ ਕੀਤਾ ਗਿਆ ਜਿਸ ਦਾ ਪਤਾ ਗੁਰਦਾਸ ਮਾਨ ਨੂੰ ਕੋਲਕਾਤਾ ਪਹੁੰਚਣ ਤੇ ਲੱਗਿਆ। ਆਰਗੇਨਾਈਜ਼ਰਸ ਦੀ ਇਸ ਓਛੀ ਹਰਕਤ ਨੂੰ ਦੇਖ ਕੇ ਗੁਰਦਾਸ ਮਾਨ ਕਾਫੀ ਆਹਤ ਹੋ ਗਏ ਤੇ ਉਹਨਾਂ ਨੇ ਉਸੇ ਟਾਈਮ ਆਪਣੇ ਇਸ ਸ਼ੋਅ ਨੂੰ ਕੈਂਸਲ ਕਰਨ ਦਾ ਫੈਸਲਾ ਕਰ ਲਿਆ। ਕੋਲਕਾਤਾ ਪਹੁੰਚਦਿਆਂ ਸਾਰ ਹੀ ਉਹ ਅਗਲੀ ਫਲਾਈਟ ਪਕੜ ਕੇ ਵਾਪਿਸ ਆ ਗਏ। ਆਯੋਜਕਾਂ ਵੱਲੋਂ ਏਦਾਂ ਹਰਿਮੰਦਰ ਸਾਹਿਬ ਦੇ ਸਰੂਪ ਨੂੰ ਸਜਾਣਾ ਤੇ ਫਿਰ ਉਸ ਸਰੂਪ ਤੇ ਚੱਪਲਾਂ ਬੂਟ ਲਿਜਾ ਕੇ ਉੱਥੋਂ ਦੀ ਪਵਿੱਤਰਤਾ ਨੂੰ ਭੰਗ ਕਰਨਾ ਇਹ ਵਾਕਈ ਨਿੰਦਨੀ ਹੈ ਤੇ ਗੁਰਦਾਸ ਮਾਨ ਦਾ ਵੀ ਇਹੀ ਕਹਿਣਾ ਹੈ ਕਿ ਇਹ ਮੰਜ਼ਰ ਦੇਖ ਕੇ ਉਹਨਾਂ ਦੀ ਆਤਮਾ ਨੂੰ ਬੇਹੱਦ ਦੁੱਖ ਪਹੁੰਚਿਆ ਤੇ ਕਿਸੇ ਵੀ ਧਾਰਮਿਕ ਸਥਾਨ ਦਾ ਇਸ ਤਰ੍ਹਾਂ ਸੈੱਟ ਬਣਾ ਕੇ ਉਹਦੀ ਇਸ ਤਰ੍ਹਾਂ ਬੇਅਦਬੀ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਮੈਂ ਇਸ ਦੇ ਖਿਲਾਫ ਹਾਂ। ਗੁਰਦਾਸ ਮਾਨ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਧਾਰਮਿਕ ਸਥਾਨਾਂ ਤੇ ਹੋ ਰਹੇ ਧਰਮ ਨਾਲ ਖਿਲਵਾੜ ਨੂੰ ਦੇਖ ਕੇ ਸਦਮੇ ਵਿੱਚ ਆ ਗਏ ਹੈ। ਭਾਵੇਂ ਸ਼ੋਅ ਨਾ ਹੋਣ ਕਰਕੇ ਗੁਰਦਾਸ ਮਾਨ ਦੀ ਟੀਮ ਨੂੰ ਆਰਗੇਨਾਈਜ਼ਰਸ ਵੱਲੋਂ ਹਰਾਸ ਕੀਤਾ ਗਿਆ, ਪਰ ਗੁਰਦਾਸ ਮਾਨ ਨੇ ਸਿੱਖੀ ਦੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਸ਼ੋਅ ਨੂੰ ਕੈਂਸਲ ਕਰਨਾ ਹੀ ਬਿਹਤਰ ਸਮਝਿਆ। ਤੁਸੀਂ ਦੇਖਦੇ ਰਹਿਣਾ ਦੈਨਿਕ ਸਵੇਰਾ ਟੀਵੀ ਤੇ ਐਂਟਰਟੇਨਮੈਂਟ ਦੀਆਂ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।